ਜ਼ਮੀਨ ਦੇ ਨਾਜਾਇਜ਼ ਤਬਾਦਲੇ ਤੇ ਇੰਤਕਾਲ ਖਾਤਰ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠਾਂ ਤਹਿਸੀਲਦਾਰ ਤੇ 2 ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ। ਸੰਗਰੂਰ ਵਿਖੇ ਔਰ ਇਨਕੁਆਇਰੀ ਦੌਰਾਨ ਇਹ ਗੱਲ ਸਾਹਮਣੇ ਆਈ। ਗੁਰਤੇਜ ਸਿੰਘ ਇੱਕ ਹੈਗੇ ਨੇ ਚਾਖਲ ਪਿੰਡ ਤੋਂ, ਉਹਨਾਂ ਦੀ 25 ਕਨਾਲ ਜ਼ਮੀਨ ਜਿਹੜੀ ਸੀਗੀ ਪਿੰਡ ਬਲਰਾਂ ਵਿਖੇ ਸੀਗੀ, ਮਤਲਬ ਜ਼ਮੀਨ ਤਾਂ ਉਹਨਾਂ ਦੀ ਜ਼ਿਆਦਾ ਸੀਗੀ, ਕਰੀਬ ਉਹਨਾਂ ਦੀ 57 ਕਨਾਲ ਸੀਗੀ ਔਰ 25 ਕਨਾਲ ਦਾ ਜਿਹੜਾ ਤਬਾਦਲਾ ਹੈਗਾ ਉਹ ਆਪਣਾ ਬਲਵੰਤ ਸਿੰਘ ਬੰਦੇ ਨੇ ਧੋਖੇ ਨਾਲ ਆਪਣੇ ਨਾਲ ਕਰਾ ਰਿਹਾ ਸੀਗਾ ਔਰ ਉਹਦੇ 'ਚ ਉਹਨੇ 7 ਲੱਖ ਰੁਪਇਆ ਉਹਨੇ, ਇਹ ਸਾਹਮਣੇ ਗੱਲ ਆਈ ਹੈ ਪੜਤਾਲ ਦੌਰਾਨ ਵੀ ਪਟਵਾਰੀ ਨੇ ਲਿਆ ਸੀਗਾ, ਧਰਮਰਾਜ ਪਟਵਾਰੀ ਔਰ ਇੱਕ ਮਿੱਠੂ ਸਿੰਘ ਹੈ, ਇੱਕ ਭਗਵਾਨ ਦਾਸ ਪਟਵਾਰੀ, ਇੱਕ ਸੰਧੂਰਾ ਸਿੰਘ ਤਹਿਸੀਲਦਾਰ ਔਰ ਇੱਕ ਬਲਵੰਤ ਸਿੰਘ। ਇਹ 5 ਲੋਕਾਂ 'ਤੇ ਮੁਕੱਦਮਾ ਦਰਜ ਹੋਇਆ ਹੈਗਾ ਔਰ ਇਹਨਾਂ ਨੇ ਫੇਕ ਇਹਨਾਂ ਨੇ ਇੱਕ ਇੰਤਕਾਲ ਬਣਾਇਆ ਸੀ, ਇੰਤਕਾਲ ਕੀਤਾ ਉਹ ਜਿਹੜੀ ਡਾਕੂਮੈਂਟ ਬਣਾ ਕੇ ਇਹਨਾਂ ਨੇ ਇੰਤਕਾਲ ਗਲਤ ਦਰਜ ਕੀਤਾ, ਜਦੋਂ ਕਿ ਕੋਈ ਤਬਾਦਲਾ ਨਹੀਂ ਹੋਇਆ ਸੀਗਾ ਅਤੇ ਉਹ ਇਹਨਾਂ ਨੇ ਧੋਖੇ ਦੇ ਨਾਲ ਆਪਣੇ ਜਿਹੜੀ 25 ਕਨਾਲ ਦੇ ਜ਼ਮੀਨ ਜਿਹੜੀ ਬੰਦੇ ਦੀ ਸੀਗੀ ਉਹ ਉਹਦੇ ਰਕਬੇ 'ਚੋਂ ਘੱਟ ਗਈ। ਉਹ ਬਾਈ ਚਾਂਸ ਉਹਨੂੰ ਪਤਾ ਲੱਗਾ ਵੀ ਮੇਰਾ ਇਹ ਜ਼ਮੀਨ ਕਿੱਦਾਂ ਮੇਰੇ ਖਾਤੇ 'ਚ ਨਿਕਲ ਗਈ, ਫਿਰ ਜਦੋਂ ਉਹਨੂੰ ਪਤਾ ਲੱਗਾ ਉਹਨੇ ਫਿਰ ਉੱਥੇ ਦਰਖਾਸਤ ਵੀ ਦਿੱਤੀ। ਬਾਅਦ ਵਿੱਚ ਫਿਰ ਇਹਦੀ ਇਨਕੁਆਇਰੀ ਹੋਈ ਹੈ ਡੀਪਲੀ, ਉਹ ਇਹ ਗੱਲ ਸਾਹਮਣੇ ਆਈ ਵੀ 7 ਲੱਖ ਰੁਪਇਆ ਬਲਵੰਤ ਸਿੰਘ ਨੇ ਇਸ ਕੰਮ ਲਈ ਦਿੱਤਾ ਸੀ ਪਟਵਾਰੀ ਨੂੰ, ਧਰਮਰਾਜ ਨੂੰ। ਔਰ ਜਿਹੜੇ ਮਿੱਠੂ ਸਿੰਘ ਅਤੇ ਭਗਵਾਨ ਦਾਸ, ਇਹਨਾਂ ਦਾ ਵੀ ਇਹੀ ਰੋਲ ਸੀਗਾ, ਇਹਨਾਂ ਨੇ ਉਹਨੂੰ ਅੱਗੇ ਇੰਦਰਾਜ ਨੂੰ ਕੰਟੀਨਿਊ ਰੱਖਿਆ ਔਰ ਜਿਹੜੇ ਸੰਧੂਰਾ ਸਿੰਘ ਹੈਗਾ ਇਹਨੇ ਫਿਰ ਉਹ ਜਿਹੜਾ ਇੰਤਕਾਲ ਇਹਨੇ ਮਨਜ਼ੂਰ ਕੀਤਾ 15/5/19 ਨੂੰ ਔਰ ਇਹ ਰਿਟਾਇਰ ਹੋ ਚੁੱਕੇ ਨੇ ਔਰ ਇਹਨਾਂ 'ਚੋਂ ਭਗਵਾਨ ਦਾਸ, ਸੰਧੂਰਾ ਸਿੰਘ ਅਤੇ ਧਰਮਰਾਜ ਜਿਹੜੇ ਪਟਵਾਰੀ ਨੇ ਇਹਨਾਂ 3 ਨੂੰ ਅਰੈਸਟ ਕਰ ਲਿਆ ਹੈਗਾ, ਬਾਕੀ 2 ਜਿਹੜੇ 'ਚ ਬੰਦੇ ਜੇ ਹੋਰ ਰਹਿੰਦੇ ਨੇ ਫੜਨ ਵਾਲੇ, ਬਾਕੀ ਇਹਨਾਂ ਨੂੰ ਕੱਲ੍ਹ ਨੂੰ ਅਸੀਂ ਅਦਾਲਤ ਵਿੱਚ ਪੇਸ਼ ਕਰਾਂਗੇ। ਸਰ ਲੱਗਦਾ ਕਿ ਪਹਿਲਾਂ ਵੀ ਕੋਈ ਇਹੋ ਜਿਹਾ ਮਤਲਬ ਕਿ ਜਿਹੜਾ ਧਰਮਰਾਜ ਪਟਵਾਰੀ ਹੈ ਅਤੇ ਪਹਿਲਾਂ ਵੀ ਟਰੈਪ ਦਾ ਪਰਚਾ ਹੋ ਚੁੱਕਾ ਔਰ 10,000 ਰੁਪਇਆ ਟਰੈਪ ਇੱਥੇ ਹੋਇਆ ਸੀਗਾ ਕਰੀਬ 1-1.5 ਸਾਲ ਪਹਿਲਾਂ ਔਰ ਪਹਿਲਾਂ ਵੀ ਬਾਕੀ ਥੋਰਲੀ ਇਨਵੈਸਟੀਗੇਸ਼ਨ ਕਰਾਂਗੇ, ਬਾਕੀ ਇਹਦਾ ਹੋਰ ਵੀ ਅੱਗੇ ਜਿਹੜਾ ਕਸੂਰ ਪਾਇਆ ਗਿਆ ਉਹਦੀ ਕਾਰਵਾਈ ਕੀਤੀ ਜਾਏ। ਅਤੇ ਸਰ ਇਹ ਸਿੱਧਾ ਪੇਮੈਂਟ ਲਈ ਸੀ ਇਹਨਾਂ ਨੇ ਕੈਸ਼? ਹਾਂਜੀ ਇਹਨਾਂ ਨੇ ਨਹੀਂ, ਉਹ ਜਿਹੜੀ ਇਨਕੁਆਇਰ ਤਫਤੀਸ਼ ਵਿੱਚ ਇਹੀ ਸਾਹਮਣੇ ਆਈ ਵੀ ਇਹਨੇ ਬਕਾਇਦਾ ਬੈਂਕ ਦੇ ਥਰੂ ਉਹਨੇ ਕਢਾਏ ਸੀਗੇ, ਕਢਾ ਕੇ ਇਹਨੇ ਇਹਨੇ ਪੈਸੇ ਲਏ ਸੀਗੇ, ਬਾਕੀ ਸਾਰੀ ਉਹ ਅਸੀਂ ਥੋਰਲੀ ਵੈਰੀਫਾਈ ਕਰ ਰਹੇ ਹਾਂ, ਬਾਕੀ ਜਿਹੜਾ ਬਲਵੰਤ ਸਿੰਘ ਹੈ ਉਹਦੇ ਬਾਰੇ ਵੀ ਪਤਾ ਕੀਤਾ ਜਾ ਰਿਹਾ। ਤਾਂ ਸਰ ਡਿਮਾਂਡ ਪੈਸਿਆਂ ਦੀ ਵੱਧ ਸੀ ਕਿ ਇੰਨੀ ਕੁਛ ਸੀ? ਡਿਮਾਂਡ 10 ਲੱਖ ਦੀ ਸੀਗੀ, 10 ਲੱਖ ਮੰਗਿਆ ਸੀ ਪਰ 7 ਲੱਖ ਸੌਦਾ ਤੈਅ ਹੋ ਗਿਆ ਸੀ ਅਤੇ ਇਹਨੇ ਫਿਰ ਬਲਵੰਤ ਸਿੰਘ ਦੇ ਨਾਂ ਹੀ ਉਹਨੂੰ ਫਾਇਦਾ ਦੇਣ ਵਾਸਤੇ ਇਹਨੇ ਕੀਤਾ ਸੀਗਾ ਅਤੇ ਉਹ ਗੁਰਤੇਜ ਸਿੰਘ ਨੂੰ ਜਦੋਂ ਪਤਾ ਲੱਗਾ ਫਿਰ ਜਦੋਂ ਉਹਨੇ ਸ਼ਿਕਾਇਤ ਕੀਤੀ ਫਿਰ ਵਿਜੀਲੈਂਸ ਵੱਲੋਂ ਇਹਦੀ ਪੜਤਾਲ ਕੀਤੀ ਗਈ ਹੈ, ਪੜਤਾਲ ਕਰਨ 'ਤੇ ਇਹ ਸਾਰੇ ਦੋਸ਼ੀ ਪਾਏ ਗਏ ਨੇ ਔਰ ਇਹਦਾ ਫਿਰ ਵਿਜੀਲੈਂਸ ਬਿਊਰੋ ਈਓ ਬੈਂਕ 'ਚ ਪਰਚਾ ਦਰਜ ਹੋਇਆ ਹੈੱਡਕੁਆਰਟਰ ਤੋਂ ਅਪਰੂਵਲ ਤੋਂ ਬਾਅਦ ਔਰ ਇਹਨੂੰ ਬਾਕੀ ਦੋਸ਼ੀਆਂ ਨੂੰ ਵੀ ਫੜ ਲਿਆ ਜਾਏਗਾ।